ਉਹ ਮੈਂ ਪਾ ਕੇ ਗਿਆ ਨਾ ਤੇ ਚਿੱਟੀ ਸਿਲਾਈ ਖਾਕੀ ਵਰਦੀ ਤੇ ਸਾਫ ਨਜ਼ਰ ਆਉਂਦੀ ਪਈ, ਪੂਰਾ ਸਕੂਲ ਮੇਰੇ ਉੱਤੇ ਹੱਸ ਪਿਆ। ਹੱਸਿਆ ਨਾ ਤਾਂ ਮੈਂ ਚੁੱਪ ਕਰ ਗਿਆ। ਆਪਣੀ ਕਲਾਸ ਗਿਆ, ਜਿਹੜੇ ਮੇਰੇ ਕਲਾਸ ਫੈਲੋ ਮੇਰੇ ਉੱਤੇ ਹੱਸੇ ਨਾ, ਉਹਲੇ ਰੋ ਪਿਆ, ਰੋਂਦਾ ਬੈਠਾ ਨਾ ਤੇ ਮੇਰੇ ਇੰਚਾਰਜ ਅੰਦਰ ਆਏ, ਉਹਨਾਂ ਦੀ ਮੇਰੇ ਉੱਤੇ ਨਜ਼ਰ ਪਈ ਤਾਂ ਉਹਨਾਂ ਪੁੱਛਿਆ ਮੇਰਾ ਪੁੱਤਰ ਰੋਂਦਾ ਕਿਉਂ ਹੈ। ਇਸ ਸ਼ੇਰ ਤੇ ਮੈਂ ਬੰਦਿਆਂ ਨੂੰ ਡਾਕਰਾਂ ਮਾਰ ਕੇ ਰੋਂਦਿਆਂ ਡਿੱਠਾ ਹੈ। ਤਵੱਜੋ ਖਰਿਆ ਹੈ, ਉਸਤਾਦ ਆ ਕੇ ਮੇਰਾ ਪੁੱਤਰ ਰੋਂਦਾ ਕਿਉਂ ਹੈ। ਮੈਂ ਕਿਹਾ ਉਸਤਾਦ ਜੀ ਬਾਕੀ ਸਕੂਲ ਦੀ ਖੈਰ ਆਈ, ਇਹ ਮੇਰੇ ਆਪਣੇ ਵੀਰਾ ਆਏ, ਸਾਰੀ ਦਿਹਾੜ ਅਸਾਂ ਰਲ ਕੇ ਬਾਂਦੇ ਆ, ਰਲ ਕੇ ਖੇਡਦੇ ਆ, ਲੜਦੇ ਆ, ਹੱਸਦੇ ਆ, ਪੜ੍ਹਦੇ ਆ, ਇਹ ਰੋਣ ਦਾ ਰੋ, ਇਹ ਹੱਸਣ ਦਾ ਰੋ। ਉਸਤਾਦ ਮੇਰੇ ਨੇੜੇ ਆਏ, ਮੇਰੀ ਕੰਢ ਤੇ ਹੱਥ ਰੱਖਿਆ ਤੇ ਆਖਿਆ ਪੁੱਤਰਾ ਬੜੀ ਮੰਜ਼ਲੋਂ ਕੇ ਮੁਸਾਫਿਰ ਛੋਟਾ ਦਿਲ ਨਹੀਂ ਰੱਖਤੇ, ਕੁਝ ਬਣਦਾ ਹੈ ਕਾਬੂ ਹੋ ਤਰੱਕੜਾ ਹੋ। ਉਸਤਾਦ ਦੇ ਥਾਪੜੇ ਆਖਿਆ ਹਾਜ਼ ਹਮੇਸ਼ਾ ਤੂੰ ਘਬਰਾਵੇ ਨਹੀਂ, ਉਸਤਾਦ ਦੇ ਥਾਪੜੇ ਆਖਿਆ ਹਾ ਅਸ ਹਮੇਸ਼ਾ ਤੂੰ ਘਬਰਾਵੇ ਨਹੀਂ, ਖੁਦ ਡਰਦਾ ਵੱਤੇ ਕੋਈ ਡਰ ਨਹੀਂ ਪਰ ਕਾਵੇ ਹੌਸਲਾ, ਖੁਦ ਡਰਦਾ ਵੱਤੇ ਕੋਈ ਡਰ ਨਹੀਂ ਪਰ ਕਾਵੇ ਹੌਸਲਾ, ਤੁਹਾਡੀ ਮੁਹੱਬਤ ਨੂੰ ਸਲਾਮ। ਔਖਾ ਵਕਤ ਕਜਾਕਾ ਕਾਣ ਆਉਂਦੀ ਡਟ ਮੰਨੇ ਲੀਕ ਲਾਵਾਂਵੇ ਨਹੀਂ। ਔਰ ਮੇਰੇ ਭਾਈ ਇੱਕ ਹੁਕਮ ਕਾਰਗਨ ਕਾਮਿਲ 007 ਕਰੋ ਖਸੂਸੀ ਫਰਮੈਸ਼, ਬੇਲੀ ਖਾਬ ਆਉਂਦੇ ਨੇ ਤਨਹਾਈਆਂ ਦੇ, ਬੇਲੀ ਰਾਤਾਂ ਦੀ ਨੌਰੀਨ ਆਉਂਦੇ ਨੇ, ਬੇਲੀ ਖਾਬ ਆਉਂਦੇ ਨੇ ਤਨਹਾਈਆਂ ਦੇ, ਬੇਲੀ ਰਾਤਾਂ ਦੀ ਨੌਰੀਨ ਆਉਂਦੇ ਨੇ, ਬੇਲੀ ਤਾਕਤ ਆਉਂਦੇ ਨੇ ਬਾਜ਼ੂਆਂ ਦੀ, ਬੇਲੀ ਪੈਰਾਂ ਕਾਣ ਜ਼ਮੀਨ ਆਉਂਦੇ ਨੇ, ਬਾਕੀ ਇਹ ਅਜ਼ਮਾਇਆ ਹੈ ਜ਼ਿੰਦਗੀ ਵਿੱਚ ਰੋਸੇ ਸਾਂਗਿਆਂ ਦੀ ਤੌਹੀਨ ਆਉਂਦੇ ਨੇ, ਉਹ ਕਾਵਿਸ਼ ਰਹਿ ਤਨਹਾ ਰਹਿੰਦੇ ਜਿਹੜੇ ਮਜਮਿਆਂ ਦੇ ਸ਼ੌਕੀਨ ਆਉਂਦੇ ਨੇ। ਔਰ ਮੈਂ ਆਪਣੇ ਫਿਰਾ ਰਿਆਜ਼ ਸਾਹਿਬ ਦੀ ਨਜ਼ਰ ਸ਼ੇਅਰ ਕਰ ਗਿਆ ਕਿ ਦਿਲ ਦੁਨੀਆ ਕਾਣ ਮੁਨਾਫਿਕ ਸਹੀ ਤੇਰੇ ਕਾਣ ਦਾ ਯਾਰ ਬਣਾਏ ਨਾ, ਦਿਲ ਦੁਨੀਆ ਕਾਣ ਮੁਨਾਫਿਕ ਸਹੀ ਤੇਰੇ ਕਾਣ ਦਾ ਯਾਰ ਬਣਾਏ ਨਾ, ਤੇਰਾ ਹੁਕਮ ਤਾਂ ਰਾਤ ਹਨੇਰੀ ਵਿੱਚ ਕਦੀ ਛੋੜ ਕੇ ਗਿਆ ਯਾਦ ਰਾਏ ਨਾ, ਔਰ ਜਦੋਂ ਬੜੀ ਇਹ ਲੋੜ ਤਾਂ ਭੱਜ ਪਿਆ ਅਜ਼ਮੈਸ਼ਾ ਤੂੰ ਘਬਰਾਏ ਨਾ, ਕੋਈ ਕਾਵਿਸ਼ ਉਹ ਜਾ ਸਾਬਿਤ ਕਰ ਜਿੱਥੇ ਤੈ ਸਦਿਆ ਹੈ ਅਸਾਏ ਨਾ। ਔਰ ਇੱਕ ਕੀਤਾ ਹੈ ਮੈਂ ਬਿਰਾਵਾਂ ਦੀ ਨਜ਼ਰ ਕਰਿਆ ਦਾ ਪਿਆ, ਬਿਸਮਿਲਲਾ ਸਾਈ ਮਿਹਰਬਾਨੀ, ਮੈਂ ਆਪਣੀ ਹਾਜ਼ਰੀ ਕਲੋਜ਼ ਕਰੇਨਾ, ਥੋੜ੍ਹਾ ਜਿਹਾ ਮੌਸਮ ਵੀ ਖਰਾਬ ਹੈ, ਸਫ਼ਰ ਵੀ ਬੜਾ ਤਵੀਲ ਹੈ, ਮਾਂ ਤੇ ਇਨਸ਼ਾਅੱਲਾ ਕਿਸੇ ਮੋੜ ਤੇ ਮੁਲਾਕਾਤ ਹੋਈ ਤਾਂ ਰਾਜ ਕੇ ਪੜਸਾਂ ਰਾਜ ਕੇ ਸੁਣਸਾਂ। ਸਾਗਰ ਸਦੀਕੀ ਆਪਣੇ ਵਾਹਾਂ ਦਾ ਇੱਕ ਬਾਦਸ਼ਾਹ, ਲਿਖਣ ਲਿਖਾਰੀ ਦਾ, ਲਿਖਣ ਦਾ ਇੱਕ ਲਿਖਾਰੀ ਜਿਸ ਨੂੰ ਲਫ਼ਜ਼ਾਂ ਅਮਰ ਕਰ ਦਿੱਤਾ ਹੈ, ਇੱਕ ਚੌਂਕ ਦੇ ਵਿੱਚ ਕਰਿਆਨੇ ਦੀ ਦੁਕਾਨ ਹੈ, ਤਵੱਜੋ ਕਰਿਆ ਉਹ ਪੁਰਾਣੇ ਦੌਰ ਵਿੱਚ 7-7 ਟੇਪਾਂ ਆਉਂਦੀਆਂ, ਉਹਦੇ ਉੱਤੇ ਗਜ਼ਲ ਲੱਗੀ ਹੋਈ ਆਈ, ਬੰਦਿਆਂ ਦਾ ਬੜਾ ਰਸ਼ ਆਈ, ਇੱਥੋਂ ਦੀ ਲੈ ਕੇ ਦਰਬਾਰ ਤਾਈਂ ਲੈਣ ਹੀ ਲੈਣ ਆਈ, ਗਜ਼ਲ ਲੱਗੀ ਹੋਈ ਆਈ, ਮੈਂ ਤਲਖੀ ਹਯਾਤ ਸੇ ਘਬਰਾ ਕੇ ਪੀ ਗਿਆ। ਹੁਣ ਇਹ ਫਕੀਰ ਇਸ ਸਾਈਡ ਤੋਂ ਆਵੇ ਪਿਆ, ਬੜਾ ਰਸ਼, ਫਕੀਰ ਕੌਣ ਆਈ, ਸਾਰਾ ਸਦੀਕੀ ਆਪ ਆਇਆ, ਇੱਥੇ ਬਾਹ ਦੇ ਵਿੱਚ ਛਾਪਰ ਬੰਨਿਆ ਰੋਟੀ ਵਾਲਾ, ਹੱਥ ਵਿੱਚ ਸਿਗਰਟਾਂ ਦੀ ਡੱਬੀ ਤੇ ਹੈ ਸਾਥੇ ਜੁਦੀਆਂ, ਉਸੇ ਪਾਸੇ ਰਲਕਿਆ ਆਖਰੀ ਬੰਦੇ ਕੋਲੋਂ, ਉਸ ਪੁੱਛਿਆ ਯਾਰ ਇਹ ਬੰਦੇ ਇੱਥੇ ਕਿਉਂ ਖਲੋਤੇ, ਕੋਈ ਮਰ ਗਿਆ? ਉਸ ਆਖਿਆ ਨਹੀਂ ਨਹੀਂ ਸਾਈਡ ਤੇ, ਉਹਦੀ ਹਾਲਤ ਕੀ ਜੇ ਯਾਰ ਆਈ, ਉਹਦੇ ਨਾਲ ਕੋਈ ਬੰਦਾ ਕਲਾਮ ਵੀ ਨਹੀਂ ਕਰੇਗਾ। ਉਸ ਬਾਅਦ ਇੱਕ ਬੰਦੇ ਕੋਲ ਨੇੜੇ ਗਿਆ, ਉਸ ਆਖਿਆ ਯਾਰ ਇਹ ਰਸ਼ ਕਿਉਂ ਹੈ? ਉਸ ਆਖਿਆ ਯਾਰ ਮਹਿਦੀ ਹਸਨ ਗਾਉਂਦਾ ਪਿਆ, ਸਾਗਰ ਸਦੀਕੀ ਦੀ ਗਜ਼ਲ ਹੈ, ਲੋਕ ਇਸ ਵਾਸਤੇ ਜਮਾ ਹੈ, ਬੜਾ ਉਹਨੂੰ ਪ੍ਰਾਊਡ ਫੀਲ ਹੋਇਆ ਬਈ ਮੇਰੇ ਵਾਸਤੇ ਇਤਨੇ ਲੋਕ ਜਮਾ ਹੈ। ਉਸ ਨਾ ਇੱਕ ਬੰਦੇ ਨੂੰ ਆਖਿਆ ਯਾਰ ਇਹ ਮੇਰੀ ਗਜ਼ਲ ਹੈ, ਉਸ ਆਖਿਆ ਜਾ